ਚਾਚੇ ਦੇ ਮੁੰਡੇ ਦਾ ਵਿਆਹ ਆਇਆ ਤੁਹਾਨੂੰ ਦੱਸਾਂਗੇ ਪਿੰਡਾਂ ਵਿੱਚ ਸਾਡਾ ਵਿਆਹ ਕਿਸ ਤਰ੍ਹਾਂ ਹੁੰਦਾ ਹੈ। ਪਹਿਲੇ ਅਸੀਂ ਜਾਂਦੇ ਹਾਂ ਤੇ ਨਾਲ ਢੋਲ ਲੈ ਕੇ ਜਾਂਦੇ ਹਾਂ ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਲੋ ਕੋਈ ਆਏ ਨੇ। ਜਿਸ ਅਸੀਂ ਪੁੱਜੇ ਹਾਂ ਰੌਣਕਾਂ ਅਦੂਸ਼ ਤੇ ਹੀ ਦੇਗਾਂ ਖੜਕੇ ਕਰਦੀਆਂ ਸੀ। ਚੈੱਕ ਕਰੋ ਗੋੜ ਵਾਲੇ ਚੌਲ ਨੇ ਕੈਸਤ ਬਈ ਤੁਸੀਂ ਚੈੱਕ ਕਰਨੇ ਸਾਨੂੰ ਤੇ ਠੰਡੇ ਨੇ ਤੁਹਾਡਾ ਭਲਾ ਜੀ ਬੜਾ ਬੜਾ ਲੰਬਾ ਚੌਲ ਹੈ ਸੇਲਾ ਮਹਿੰਦੀ ਦੇ ਵਿੱਚ ਗੋੜ ਵਾਲੇ ਚੌਲ ਨਾਲ ਨਮਕੀਨ ਚੌਲਾਂ ਦੇ ਨਾਲ ਹਲੀਮ ਆਏ ਹਾਏ ਝਾਸ ਆ ਗਈ ਤੇ ਉਸ ਤੋਂ ਜ਼ਿਆਦਾ ਵੱਧ ਮਜ਼ਾ ਆਇਆ ਜਿਸਲੇ ਘਾਹ ਮਾਸ਼ਾਅੱਲਾ ਸ਼ਾਮ ਨੂੰ ਸਜੇ ਵੇਖੇ ਨੇ ਤਿੰਨੋਂ ਘਾਹ ਜਿਹੜੇ ਨੇ ਇੰਜ ਸੱਜ ਧੱਜ ਗੱਜ ਵੱਜਦੇ ਸੀ ਕਿ ਉਦੋਂ ਪਤਾ ਚੱਲਦਾ ਕਿ ਬਈ ਵਿਆਹ ਆਇਆ ਕਿਸੇ ਦਾ ਬਈ ਕਿਸੇ ਗੁਜਰਾਂ ਦੇ ਘਰਾਂ 'ਚ ਵਿਆਹ ਹੁੰਦਾ ਪਿਆ ਕਿ ਮੈਂ ਕਿਹਾ ਝਾਸ ਆ ਗਈ ਵੇਖ ਕੇ ਨਜ਼ਾਰੇ ਵੇਖ ਕੇ ਝਾਸ ਆ ਗਈ ਮਸਾਲੇ ਨਿਆਣੇ ਨੇ ਬੜੇ ਹੀ ਪੈਸੇ ਲੁੱਟੇ ਆ ਵਾਮ ਨੇ। ਤੂੰ ਕਿੰਨੇ ਪੈਸੇ ਲੁੱਟੇ ਨੇ? ਤੇਰੀ ਹੱਥ ਸੁੱਟ। ਤੂੰ ਕਿੰਨੇ ਲੁੱਟਿਆ? ਲਾਗੇ ਨਹੀਂ ਆਣ ਦਿੰਦੇ ਪਿੰਡ ਦੇ ਨਿਆਣੇ, ਤੁਹਾਨੂੰ ਪਤਾ ਉਹ ਕਹਿੰਦੇ ਨੇ ਕਿ ਸਾਧੇ ਤੋਂ ਅੱਗੇ ਨਾ। ਮਜ਼ਾ ਆਇਆ ਨੀ ਰਾਤ ਨੂੰ? ਰੋਟੀ ਵੀ ਖਾਧੀ ਕਿ ਨਹੀਂ? ਕੀ ਖਾਧਾ ਸੀ ਮੈਂ ਤੇ ਖਾਧੀ ਨੀ, ਮਿਲੀ ਨੀ ਉਹ ਜਿਹੜਾ ਪਕਾਏਗਾ ਤਾਂ ਵਿਚਾਰਾ। ਇਹ ਪਿੰਡ ਦੇ ਵਿੱਚ 3 ਦਿਨ 3 ਟਾਈਮ ਦਾ ਖਾਣਾ ਵਿਆਹ ਵਾਲੇ ਕਦੋਂ ਖਾਧਾ ਜਾਂਦਾ ਸਾਡੇ ਪਿੰਡ ਵਿੱਚ? ਇਹ ਦੱਸਾਂ ਮੈਂ ਪਿੰਡ ਦੀ ਤੇ ਬਈ ਪਿੰਡ ਪੂਰੇ ਨੂੰ ਨਾਸ਼ਤਾ ਕਰਾਇਆ, ਉਸ ਤੋਂ ਬਾਅਦ ਚੱਲ ਗਏ ਹਮਾਮ ਸਰਵਿਸ ਕਰਾਈ ਪਹਿਲੇ ਅਲੀ ਦੀ, ਉਸ ਤੋਂ ਬਾਅਦ ਸਰਵਿਸ ਹੋ ਗਈ ਇਸ਼ਤਿਆਕ ਦੀ ਕਿਉਂਕਿ ਪਿੱਛੋਂ ਫੋਨ ਤੇ ਫੋਨ ਆਏਗਾ ਤਾਂ ਇਹਨੇ ਕੁਛ ਨਹੀਂ ਕਰਾਇਆ, ਚੁੱਪ ਕਰਕੇ ਨਾ ਮੂੰਹ ਤੇ ਲਾਲ ਰੰਗ ਲਵਾ ਕੇ ਤੇ ਚੱਲ ਬਈ ਰੈਡੀ ਹੋ ਗਿਆ ਤੇ ਪਹੁੰਚ ਗਏ ਬਈ ਫਿਰ ਸਲਾਮੀ ਲੈਣ। ਬਈ ਮਾਸ਼ਾਅੱਲਾ ਪੂਰੇ ਪਿੰਡ ਦੀ ਤਰਫੋਂ ਬਹੁਤ ਜ਼ਿਆਦਾ ਸਲਾਮੀ ਹੋਈ। ਬਈ ਉਸ ਤੋਂ ਬਾਅਦ ਵਾਰੀ ਆ ਗਈ ਘੋੜੀਆਂ ਨਚਾਉਣ ਦੀ। ਘੋੜੀਆਂ ਨੱਚੀਆਂ ਮੈਂ ਕਿ ਸਾਡੇ ਪੰਜਾਬ ਦੀ ਜੋ ਸਕਾਫਤ ਹੈ ਕਲਚਰ ਹੈ ਕਿ ਵਿਆਹ ਸ਼ਾਦੀ 'ਤੇ ਘੋੜੀਆਂ ਨਚਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਜਾਵੇ। ਲੋ ਬਈ ਬਰਾਤ ਰੇਡੀ ਹੈ, ਪੁੱਜਣਾ ਸੀ ਅਸੀਂ ਤਕਰੀਬਨ 1:30-2 ਵਜੇ ਉੱਥੇ ਅਤੇ ਟਾਈਮ ਹੋ ਗਿਆ ਤਕਰੀਬਨ 3:30 ਦਾ ਇੱਥੇ ਹੀ ਅਤੇ ਉੱਥੇ ਤਾਂ ਆਲਾ ਹੋ ਗਈ ਦੀ ਹੈ। ਬਈ ਨਾਲੋਂ ਬਰਾਤ ਗਈ ਹੈ ਸ਼ਕਰਗੜ੍ਹ। ਸ਼ਕਰਗੜ੍ਹ ਵਿੱਚ ਸਭ ਨੂੰ ਪਤਾ ਹੀ ਹੋਏਗਾ ਇੱਕ ਮਾਲਕੀ ਹੈ ਹੈਦਰ ਮਾਲਕੀ, ਉੱਥੇ ਬਰਾਤ ਜਾਣੀ ਸੀ, ਗੱਜ ਵੱਜ ਕੇ ਬਰਾਤ ਗਈ ਹੈ। ਲੈ ਬਈ ਉਹਨਾਂ ਨੇ ਵੀ ਬੜਾ ਪਿਆਰਾ ਇਸਤਕਬਾਲ ਕੀਤਾ, ਬਹੁਤ ਹੀ ਮਹਿਮਾਨ ਨਵਾਜ਼ੀ ਨਾਲ ਸਾਡੇ ਨਾਲ ਪੇਸ਼ ਆਏ ਨੇ। ਨਿਕਾਹ ਹੋਇਆ, ਅੱਲਾ ਇਹਨਾਂ ਦੇ ਨਸੀਬ ਚੰਗੇ ਕਰੇ। ਲੋ ਬਈ ਹੁਣ ਸਾਡੀ ਵਾਪਸੀ ਦੀ ਤਿਆਰੀ ਹੈ, ਕਾਫੀ ਜ਼ਿਆਦਾ ਲੇਟ ਹੋ ਗਏ ਹਾਂ ਇਸ ਵੇਲੇ ਤੱਕ ਤੇ ਪਿੰਡ ਪਹੁੰਚ ਜਾਣਾ ਚਾਹੀਦਾ, ਬਸ ਹਾਲ ਲੇਟ ਹੋ ਗਏ ਹਾਂ। ਸਵੇਰੇ ਅਗਲਾ ਦਿਨ ਫਿਰ ਸਾਰੇ ਪਿੰਡ ਨੂੰ ਨਾਸ਼ਤਾ ਅਤੇ ਉਸ ਤੋਂ ਬਾਅਦ ਫਿਰ ਵਲੀਮੇ ਦੀ ਤਿਆਰੀ। ਪਕੜ ਲੇ ਜੁਨੀਦ ਕੋ, ਪਕੜ ਲੇ।
ਤੇ ਬਈ ਇਸ ਤਰ੍ਹਾਂ ਨਾਲਵਾਲ ਇੱਕ ਹਾਲ ਚ ਹੀ ਵਲੀਮਾ ਖਾਧਾ ਹੈ ਵਲੀਮਾ ਪੂਰੇ ਪਿੰਡ ਨੇ ਖਾਧਾ ਹੈ ਰੱਜ ਵੱਜ ਕੇ ਖਾਧਾ ਹੈ ਵਲੀਮਾ ਖਾ ਕੇ ਤੇ ਫਿਰ ਅਸੀਂ ਸੋਚਿਆ ਕਿ ਹੁਣ ਲੋ ਜਾਣ ਦੀ ਤਿਆਰੀ ਕਰੀਏ ਕਿਉਂਕਿ 4 ਦਿਨ ਤੋਂ ਡੇਰੇ ਲਾਏ ਨੇ ਅਸੀਂ ਇੱਥੇ ਅਤੇ ਉਹਨਾਂ ਨੂੰ ਵੀ ਸਕੂਨ ਹੋਏ ਅਤੇ ਅਸੀਂ ਵੀ ਆਪਣੇ ਲੋ ਜਾ ਕੇ ਕੰਮ ਸਾਂਭੀਏ ਅਤੇ ਵਾਪਸੀ ਚੱਲੇ ਹਾਂ ਲੋ ਅੱਜ ਤੱਕ ਦੇ ਲੀਲ ਨੇ ਕਾਫੀ ਆਪਣਾ ਆਪਣੇ ਦੋਸਤਾਂ ਦਾ ਖਿਆਲ ਰੱਖਿਓ ਅੱਲਾ ਹਾਫਿਜ਼।